ਪੰਜਾਬ ਦੇ ਵਿੱਚ ਜਿਵੇਂ ਜਿਵੇਂ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਹੋ ਰਿਹਾ ਉਵੇਂ ਉਵੇਂ ਲੋਕ ਸਭਾ ਚੋਣਾਂ ਦਾ ਅਖਾੜਾ ਵੀ ਭਖ ਰਿਹਾ। ਇੱਕ ਤਾਂ ਮੌਸਮ ਦੇ ਵਿੱਚ ਵੀ ਗਰਮੀ ਵੱਧਦੀ ਜਾ ਰਹੀ ਹੈ, ਦੂਜੇ ਪਾਸੇ ਸਿਆਸੀ ਪਾਰਾ ਵੀ ਚੜ੍ਹਦਾ ਜਾ ਰਿਹਾ। ਉਮੀਦਵਾਰਾਂ ਦੇ ਨਾਵਾਂ ਦੇ ਐਲਾਨ ਕੀਤੇ ਨੇ ਕਾਂਗਰਸ ਨੇ, ਤੀਜੀ ਲਿਸਟ ਆਈ ਹੈ, ਚਾਰ ਨਾਮ ਨੇ। ਇਹਨਾਂ ਦੇ ਵਿੱਚ ਅਹਿਮ ਨਾਮ ਅਮਰਿੰਦਰ ਸਿੰਘ ਰਾਜਾ ਵੜਿੰਗਦਾ ਜੋ ਲੁਧਿਆਣਾ ਤੋਂ ਰਵਨੀਤ ਸਿੰਘ ਬਿੱਟੂ ਨੂੰ ਟੱਕਰ ਦੇਣਗੇ, ਉਹਨਾਂ ਦਾ ਪੁਰਾਣਾ ਸਾਥੀ ਹੈ। ਰਵਨੀਤ ਸਿੰਘ ਬਿੱਟੂ ਦੋ ਵਾਰ ਲੁਧਿਆਣਾ ਤੋਂ MP ਰਹਿ ਚੁੱਕੇ ਨੇ ਅਤੇ ਹੁਣ ਉਹਨਾਂ ਨੂੰ ਟੱਕਰ ਦੇਣ ਦੇ ਲਈ ਕਾਂਗਰਸ ਨੇ ਪ੍ਰਧਾਨ ਨੂੰ ਹੀ ਮੈਦਾਨ 'ਚ ਉਤਾਰ ਦਿੱਤਾ। ਖੁਦ ਅਮਰਿੰਦਰ ਸਿੰਘ ਰਾਜਾ ਵੜਿੰਗੇ ਚੋਣ ਲੜਨਗੇ ਅਤੇ ਤੁਹਾਨੂੰ ਦੱਸ ਦਿਆਂ ਕਿ ਹੁਣ ਤੱਕ ਕਿਹੜੀ ਪਾਰਟੀ ਕਿੰਨੇ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕਰ ਚੁੱਕੀ ਹੈ, ਕਿਹੜੀ ਪਾਰਟੀ ਸਭ ਤੋਂ ਪਿਛਾਂ ਹੈ ਅਤੇ ਕਿੱਥੋਂ ਕਿੱਥੋਂ ਕਿਹੜਾ ਕਿਹੜਾ ਉਮੀਦਵਾਰ ਹੈ, ਪੰਜਾਬ ਦੀਆਂ ਹੌਟ ਸੀਟਸ ਕਿਹੜੀਆਂ ਨੇ। ਤਾਂ 13 ਦੇ 13 ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕਰ ਚੁੱਕੀ ਆਮ ਆਦਮੀ ਪਾਰਟੀ ਵੀ ਅਤੇ ਅਕਾਲੀ ਦਲ ਵੀ, ਜਦੋਂ ਕਿ ਕਾਂਗਰਸ 12 ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕਰ ਚੁੱਕੀ ਹੈ, ਜਦੋਂ ਕਿ ਫਿਰੋਜ਼ਪੁਰ ਅਤੇ ਕਾਂਗਰਸ ਦਾ ਅਜੇ ਵੀ ਕੋਈ ਪੇਚ ਫਸਿਆ ਹੋਇਆ, ਇਸੇ ਲਈ ਨਾਮ ਦਾ ਐਲਾਨ ਨਹੀਂ ਕੀਤਾ ਗਿਆ। ਤਾਂ ਅੱਗੇ ਨਾਮ ਆਉਂਦਾ ਬੀਜੇਪੀ ਦਾ। ਬੀਜੇਪੀ ਨੇ 9 ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕੀਤਾ, 4 ਸੀਟਾਂ ਅਜੇ ਵੀ ਅਜਿਹੀਆਂ ਨੇ ਜਿੱਥੇ ਬੀਜੇਪੀ ਨੇ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਨਹੀਂ ਕੀਤਾ। ਤਾਂ ਸਭ ਤੋਂ ਪਹਿਲਾਂ ਗੱਲ ਕਰਦੇ ਲੁਧਿਆਣਾ ਦੀ, ਇਹ ਹੌਟ ਸੀਟ ਹੋਏਗੀ, ਲਾਜ਼ਮ ਹੈ ਕਿਉਂਕਿ ਇੱਥੇ ਮੁਕਾਬਲਾ ਜਿਹੜਾ ਟੱਕਰ ਦਾ ਦੇਖਣ ਨੂੰ ਮਿਲੇਗਾ। ਰਵਨੀਤ ਬਿੱਟੂ ਲੁਧਿਆਣਾ ਤੋਂ 2 ਵਾਰ MP ਰਹੇ ਨੇ, ਵੈਸੇ ਉਹ 3 ਵਾਰ ਦੇ MP ਨੇ ਲੁਧਿਆਣਾ, ਅਤੇ ਉਹਨਾਂ ਦਾ ਚੰਗਾ ਜਿਹੜਾ ਦਬਦਬਾ ਮੰਨਿਆ ਜਾਂਦਾ। ਪਰ ਹੁਣ ਕਿਉਂਕਿ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਖੁਦ ਉੱਥੋਂ ਚੋਣ ਲੜ ਰਹੇ ਨੇ, ਇਸੇ ਲਈ ਮੁਕਾਬਲਾ ਦਿਲਚਸਪ ਹੋਏਗਾ। ਹਾਲਾਂਕਿ ਜੋ ਆਮ ਆਦਮੀ ਪਾਰਟੀ, ਉਹਨਾਂ ਨੇ ਆਪਣੇ MLA ਅਸ਼ੋਕ ਪਰਾਸ਼ਰ ਪੱਪੀ 'ਤੇ ਦਾਅ ਖੇਡਿਆ, ਅਤੇ ਉੱਧਰ ਸ਼੍ਰੋਮਣੀ ਅਕਾਲੀ ਦਲ ਤੋਂ ਨੇ ਰਣਜੀਤ ਸਿੰਘ ਢਿੱਲੋਂ। ਹਾਲਾਂਕਿ ਭਗਵੰਤ ਮਾਨ 'ਤੇ ਵੀ ਇਲਜ਼ਾਮ ਲੱਗੇ ਕਿ ਕਿਉਂਕਿ ਰਵਨੀਤ ਸਿੰਘ ਬਿੱਟੂ ਭਗਵੰਤ ਮਾਨ ਦੇ ਦੋਸਤ ਨੇ, ਸੁਖਪਾਲ ਸਿੰਘ ਖਹਿਰਾ ਨੇ ਇਲਜ਼ਾਮ ਲਗਾਇਆ ਕਿ ਰਵਨੀਤ ਬਿੱਟੂ ਨੂੰ ਫਾਇਦਾ ਦਿਵਾਉਣਾ ਚਾਹੁੰਦੇ ਨੇ ਭਗਵੰਤ ਮਾਨ। ਇਸੇ ਲਈ ਆਮ ਆਦਮੀ ਪਾਰਟੀ ਨੇ ਲੁਧਿਆਣਾ ਤੋਂ ਕਮਜ਼ੋਰ ਉਮੀਦਵਾਰ ਉਤਾਰਿਆ। ਪਰ ਮੁਕਾਬਲਾ ਇੱਥੇ ਦਿਲਚਸਪ ਹੀ ਹੋਏਗਾ ਕਿਉਂਕਿ ਮੁਕਾਬਲਾ ਕਾਂਗਰਸ ਅਤੇ BJP ਦੇ ਵਿੱਚ ਦੇਖਣ ਨੂੰ ਵੀ ਮਿਲ ਸਕਦਾ, ਕਿਉਂਕਿ ਰਵਨੀਤ ਬਿੱਟੂ ਜੋ ਚੰਗਾ ਸਿਆਸੀ ਤਜ਼ਰਬਾ ਰੱਖਦੇ ਨੇ, ਹੁਣ ਉਹਨਾਂ ਦੇ ਸਾਹਮਣੇ ਉਹਨਾਂ ਦੇ ਪੁਰਾਣੇ ਸਾਥੀ, ਪੁਰਾਣੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਹੋਣਗੇ। ਅਗਲੀ ਸੀਟ ਹੈ ਬਠਿੰਡਾ। ਬਠਿੰਡਾ ਦੇ ਵਿੱਚ ਵੀ ਮੁਕਾਬਲਾ ਦਿਲਚਸਪ ਹੋਏਗਾ ਕਿਉਂਕਿ 3 ਦਫ਼ਾ ਦੇ MP ਹਰਸਿਮਰਤ ਕੌਰ ਬਾਦਲ ਇੱਕ ਵਾਰ ਮੁੜ ਤੋਂ ਅਕਾਲੀ ਦਲ ਤੋਂ ਚੋਣ ਲੜ ਰਹੇ ਨੇ। ਬਾਦਲਾਂ ਦਾ ਗੜ ਇਸ ਨੂੰ ਕਿਹਾ ਜਾਂਦਾ, ਆਪਣਾ ਗੜ ਬਟਾਉਣ ਦੀ ਜਿਹੜੀ ਪੂਰੀ ਕੋਸ਼ਿਸ਼ ਉਹਨਾਂ ਵੱਲੋਂ ਕੀਤੀ ਜਾਏਗੀ। ਪਰ ਵਿਰੋਧੀਆਂ ਨੇ ਵੀ ਕੋਈ ਕਮੀ ਨਹੀਂ ਛੱਡੀ ਹੈ, ਆਮ ਆਦਮੀ ਪਾਰਟੀ ਨੇ ਵੀ ਦਾਅ ਖੇਡਿਆ, ਕੈਬਨਿਟ ਮੰਤਰੀ ਅਤੇ ਗੁਰਮੀਤ ਸਿੰਘ ਖੁੱਡੀਆਂ ਨੂੰ ਇੱਥੇ ਲੈ ਕੇ ਆਏ ਨੇ। ਗੁਰਮੀਤ ਸਿੰਘ ਖੁੱਡੀਆਂ ਉਹੀ ਲੀਡਰ ਨੇ ਜਿਨ੍ਹਾਂ ਨੇ ਸਿਆਸਤ ਦੇ ਬਾਬਾ ਬੋਰਡ ਕਹੇ ਜਾਂਦੇ ਪ੍ਰਕਾਸ਼ ਸਿੰਘ ਬਾਦਲ ਨੂੰ ਲੰਬੀ ਵਿਧਾਨ ਸਭਾ ਹਲਕੇ ਤੋਂ ਹਰਾਇਆ ਸੀ, ਅਤੇ ਹੁਣ ਉਹ ਉਹਨਾਂ ਦੀ ਨੂੰਹ ਹਰਸਿਮਰਤ ਕੌਰ ਬਾਦਲ ਦੇ ਸਾਹਮਣੇ ਡਟ ਗਏ ਨੇ। ਯਾਨੀ ਕਿ ਆਮ ਆਦਮੀ ਪਾਰਟੀ ਨੇ ਇੱਥੇ ਜਾਰ ਜਿਹੜਾ ਖੇਡਿਆ ਉਹ ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ 'ਤੇ ਖੇਡਿਆ। BJP ਨੇ ਵੀ ਸੰਨ ਲਾਇਆ ਅਕਾਲੀ ਦਲ ਦੇ ਕਿਲ੍ਹੇ ਦੇ ਵਿੱਚ, ਮਲੂਕਾ ਪਰਿਵਾਰ ਦੀ ਨੂੰ ਪਰਮਪਾਲ ਕੌਰ ਜੋ IAS ਸਨ ਉਹਨਾਂ ਨੂੰ ਲਿਆਂਦਾ ਅਤੇ ਉੱਥੇ ਉਹਨਾਂ ਨੂੰ ਟਿਕਟ ਦਿੱਤੀ, ਉੱਥੋਂ ਚੋਣ ਲੜਨਗੇ। ਤਾਂ ਬਠਿੰਡਾ ਦੇ ਵਿੱਚ ਕਾਂਗਰਸ ਦੇ ਵੱਲੋਂ ਪਹਿਲਾਂ ਕਿਆਸ ਲੱਗ ਰਹੇ ਸਨ ਕਿ ਪ੍ਰਧਾਨ ਦੇ ਪਤਨੀ ਅੰਮ੍ਰਿਤਾ ਵੜਿੰਗ ਨੂੰ ਟਿਕਟ ਮਿਲ ਸਕਦੀ ਹੈ, ਪਰ ਅਜਿਹਾ ਨਹੀਂ ਹੋਇਆ। ਅਕਾਲੀ ਦਲ ਤੋਂ ਲਿਆਂਦੇ ਗਏ ਜੀਤ ਮਹਿੰਦਰ ਸਿੰਘ, ਜੋ ਹਾਲਾਂਕਿ ਪਹਿਲਾਂ ਕਾਂਗਰਸ ਦੇ ਵਿੱਚ ਹੀ ਸਨ, ਫਿਰ ਉਹ ਅਕਾਲੀ ਦਲ 'ਚ ਚਲੇ ਗਏ, ਕੁਝ ਮਹੀਨੇ ਪਹਿਲਾਂ ਉਹ ਵਾਪਸ ਕਾਂਗਰਸ 'ਚ ਆਏ, ਅਤੇ ਉਹਨਾਂ ਨੂੰ ਹੁਣ ਉੱਥੋਂ ਕਾਂਗਰਸ ਨੇ ਟਿਕਟ ਦਿੱਤੀ ਹੈ। ਅਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਲੱਖਾ ਸਦਾਣਾ ਇੱਥੇ ਚੋਣ ਲੜ ਰਹੇ ਨੇ, ਯਾਨੀ ਕਿ ਇਹ ਵੀ ਪੰਜਾਬ ਦੀ ਹੌਟ ਸੀਟ ਹੈ ਜਿੱਥੇ ਦਿੱਗਜ ਚੋਣ ਲੜ ਰਹੇ ਨੇ। ਅਤੇ ਅਹਿਮ ਹੋਏਗਾ ਕਿ ਕੀ ਹਰਸਿਮਰਤ ਕੌਰ ਬਾਦਲ ਮੁੜ ਤੋਂ ਆਪਣਾ ਜਿਹੜਾ ਕਿਲ੍ਹਾ ਉਹ ਬਚਾਉਣ ਦੇ ਵਿੱਚ ਕਾਮਯਾਬ ਰਹਿੰਦੇ ਨੇ ਜਾਂ ਨਹੀਂ, ਇਹ 4 ਜੂਨ ਨੂੰ ਸਪਸ਼ਟ ਹੋਏਗਾ। ਅਗਲੀ ਸੀਟ ਹੈ ਖਡੂਰਸਾ, ਇਹ ਵੀ ਹੌਟ ਸੀਟ ਮੰਨੀ ਜਾਏਗੀ ਕਿਉਂਕਿ ਇੱਕ ਤਾਂ ਭੂਗੋਲਿਕ ਪੱਖੋਂ ਵੀ ਇਹ ਅਹਿਮ ਸੀਟ ਹੈ, ਅਤੇ ਦੂਜਾ ਇੱਥੋਂ ਅੰਮ੍ਰਿਤਪਾਲ ਸਿੰਘ ਚੋਣ ਲੜ ਰਹੇ ਨੇ। ਅੰਮ੍ਰਿਤਪਾਲ ਸਿੰਘ ਆਜ਼ਾਦ ਤੌਰ 'ਤੇ ਚੋਣ ਲੜ ਰਹੇ ਨੇ, ਜੇਲ੍ਹ ਦੇ ਵਿੱਚ ਬੈਠੇ ਨੇ, ਅਸਮ ਦੀ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਉਹਨਾਂ ਨੂੰ ਰੱਖਿਆ ਗਿਆ, ਨੈਸ਼ਨਲ ਸਿਕਿਉਰਿਟੀ ਐਕਟ ਉਹਨਾਂ 'ਤੇ ਲੱਗਿਆ ਹੋਇਆ, ਅਤੇ ਉਹ ਉੱਥੋਂ ਚੋਣ ਲੜ ਰਹੇ ਨੇ। ਇਸੇ ਲਈ ਇਹ ਅਹਿਮ ਹੋ ਜਾਂਦਾ, ਖਡੂਰ ਸਾਹਿਬ 'ਤੇ ਸਭ ਦੀਆਂ ਨਜ਼ਰਾਂ ਰਹਿਣਗੀਆਂ। ਅਕਾਲੀ ਦਲ ਵੱਲੋਂ ਇੱਥੇ ਨੇ ਵਿਰਸਾ ਸਿੰਘ ਬਲਟੂਹਾ, ਜਦੋਂ ਅੰਮ੍ਰਿਤਪਾਲ ਦੇ ਨਾਮ ਦਾ ਐਲਾਨ ਹੋਇਆ ਤਾਂ ਕੁਝ ਦੇਰ ਬਾਅਦ ਜੋ ਅਕਾਲੀ ਦਲ ਨੇ ਵੀ ਆਪਣੇ ਉਮੀਦਵਾਰ ਦਾ ਨਾਮ ਦਾ ਐਲਾਨ ਕਰ ਦਿੱਤਾ। ਹਾਲਾਂਕਿ ਵਿਰਸਾ ਸਿੰਘ ਬਲਟੂਹਾ ਅੰਮ੍ਰਿਤਪਾਲ ਦੇ ਮਾਪਿਆਂ ਨੂੰ ਵੀ ਮਿਲ ਕੇ ਆਏ ਸਨ ਅਤੇ ਉਹਨਾਂ ਤੋਂ ਸਮਰਥਨ ਵੀ ਮੰਗਿਆ ਸੀ। ਅਜਿਹਾ ਘੱਟ ਹੀ ਹੁੰਦਾ ਕਿ ਜਦੋਂ ਇੱਕ ਉਮੀਦਵਾਰ ਦੂਜੇ
ਦੂਜੇ ਉਮੀਦਵਾਰ ਦੇ ਮਾਪਿਆਂ ਕੋਲ ਜਾਏ ਤੇ ਸਮਰਥਨ ਮੰਗੇ। ਖਡੂਰ ਸਾਹਿਬ ਤੋਂ ਆਮ ਆਦਮੀ ਪਾਰਟੀ ਨੇ ਦਾਅ ਖੇਡਿਆ ਆਪਣੇ ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ਤੇ ਟਰਾਂਸਪੋਰਟ ਮੰਤਰੀ ਨੇ। ਇਸੇ ਲਈ ਆਮ ਆਦਮੀ ਪਾਰਟੀ ਵੀ ਕੋਈ ਕਸਰ ਨਹੀਂ ਛੱਡਣਾ ਚਾਹੁੰਦੀ ਸੀ, ਇਸ ਲਈ ਉਹਨਾਂ ਨੇ ਕੈਬਨਿਟ ਮੰਤਰੀ ਮੈਦਾਨ ਦੇ ਵਿੱਚ ਉਤਾਰੇ ਹੋਏ ਨੇ ਤੇ ਕਾਂਗਰਸ ਦੇ ਵੱਲੋਂ ਖਡੂਰ ਸਾਹਿਬ ਤੋਂ ਚੋਣ ਲੜਨਗੇ ਕੁਲਬੀਰ ਸਿੰਘ ਜੀਰਾ, ਸਾਬਕਾ ਵਿਧਾਇਕ ਨੇ, ਜੀਰਾ ਤੋਂ ਸਾਬਕਾ ਵਿਧਾਇਕ ਸਨ ਤੇ ਇਹਨਾਂ ਨੇ ਹੁਣ ਇੱਥੋਂ ਚੋਣ ਲੜਨੀ ਹੈ। ਖਡੂਰ ਸਾਹਿਬ ਦਾ ਜਿਹੜਾ ਮੁਕਾਬਲਾ ਇਹ ਵੀ ਦਿਲਚਸਪ ਹੁੰਦਾ ਹੋਇਆ ਨਜ਼ਰ ਆਏਗਾ। ਬੀਜੇਪੀ ਵੱਲੋਂ ਇੱਥੇ ਮਨਜੀਤ ਸਿੰਘ ਮੰਨਾ ਨੇ। ਅਗਲੀ ਸੀਟ ਹੈ ਪਟਿਆਲਾ, ਇਹ ਵੀ ਪੰਜਾਬ ਦੀ ਹੌਟ ਸੀਟ ਹੈ। ਦਿਲਚਸਪ ਇੱਥੇ ਮੁਕਾਬਲਾ ਇਸ ਲਈ ਹੋਏਗਾ ਕਿਉਂਕਿ ਧਰਮਵੀਰ ਗਾਂਧੀ ਜਿਨ੍ਹਾਂ ਨੇ ਸਾਲ 2014 ਦੇ ਵਿੱਚ ਪ੍ਰਨੀਤ ਕੌਰ ਨੂੰ ਹਰਾਇਆ ਸੀ, ਹੁਣ ਉਹ ਕਾਂਗਰਸ ਦੇ ਵਿੱਚ ਚਲੇ ਗਏ ਨੇ ਅਤੇ ਪ੍ਰਨੀਤ ਕੌਰ ਬੀਜੇਪੀ ਦੇ ਵਿੱਚ ਆ ਗਏ ਨੇ। ਧਰਮਵੀਰ ਕਾਂਗਰਸ ਤੋਂ ਚੋਣ ਲੜ ਰਹੇ ਨੇ ਅਤੇ ਪ੍ਰਨੀਤ ਕੌਰ ਬੀਜੇਪੀ ਦੇ ਵਿੱਚ ਸ਼ਾਮਿਲ ਹੋ ਗਏ, ਹੁਣ ਉਹ ਬੀਜੇਪੀ ਵੱਲੋਂ ਚੋਣ ਲੜਨਗੇ। ਅਤੇ ਉੱਧਰ ਆਮ ਆਦਮੀ ਪਾਰਟੀ ਦੇ ਕੈਬਨਿਟ ਮੰਤਰੀ, ਸਿਹਤ ਮੰਤਰੀ ਨੇ ਬਲਬੀਰ ਸਿੰਘ, ਉਹਨਾਂ 'ਤੇ ਦਾਅ ਖੇਡਿਆ, ਉਹ ਚੋਣ ਲੜਨਗੇ। ਅਤੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਇੱਥੇ ਐਨ ਕੇ ਸ਼ਰਮਾ ਨੇ। ਮਾਲਵੇ ਦੀ ਇੱਕ ਹੋਰ ਸੀਟ ਦੀ ਗੱਲ ਕਰਦੇ ਹਾਂ, ਫਰੀਦਕੋਟ। ਇੱਥੇ ਮੁਕਾਬਲਾ ਅਹਿਮ ਇਸ ਲਈ ਕਿਉਂਕਿ ਇੱਥੇ ਕਲਾਕਾਰ ਮੈਦਾਨ ਦੇ ਵਿੱਚ ਨੇ। ਬੀਜੇਪੀ ਵੱਲੋਂ ਨੇ ਹੰਸ ਰਾਜ ਹੰਸ, ਜੋ ਪਹਿਲਾਂ ਦਿੱਲੀ ਦੇ ਵਿੱਚ ਸੰਸਦ ਮੈਂਬਰ ਰਹਿ ਚੁੱਕੇ ਨੇ, ਸੂਫੀ ਗਾਇਕ ਨੇ, ਆਏ ਦਿਨ ਉਹਨਾਂ ਨੂੰ ਕਿਸਾਨਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪੈਂਦਾ। ਅਤੇ ਅਗਲਾ ਜਿਹੜਾ ਨਾਮ ਹੈ ਉਹ ਹੈ ਕਰਮਜੀਤ ਅਨਮੋਲ, ਆਮ ਆਦਮੀ ਪਾਰਟੀ ਦੇ ਨੇ, ਜਿਹੜਾ ਇਹਨਾਂ 'ਤੇ ਦਾਅ ਖੇਡਿਆ। ਅਦਾਕਾਰੀ ਇੱਥੇ ਲੈ ਕੇ ਆਏ ਨੇ, ਮਸ਼ਹੂਰ ਕਮੇਡੀਅਨ ਨੇ ਕਰਮਜੀਤ ਅਨਮੋਲ, ਭਗਵੰਤ ਮਾਨ ਦੇ ਨਾਲ ਨਜ਼ਦੀਕੀਆਂ ਕਰਕੇ ਉਹ ਕਾਫੀ ਜਾਣੇ ਜਾਂਦੇ ਨੇ। ਕਾਂਗਰਸ ਦੇ ਵੱਲੋਂ ਮੁਹੰਮਦ ਸਦੀਕ ਸਨ, ਉਹ ਵੀ ਗਾਇਕ ਸਨ, ਪਰ ਉਹਨਾਂ ਦੀ ਟਿਕਟ ਕੱਟੀ ਗਈ ਅਤੇ ਹੁਣ ਟਿਕਟ ਦਿੱਤੀ ਗਈ ਹੈ। ਅਧਿਆਪਕਾ ਰਹੇ ਨੇ ਅਮਰਜੀਤ ਕੌਰ ਸਾਹੂ ਕੇ, ਉਹਨਾਂ ਨੂੰ ਟਿਕਟ ਦਿੱਤੀ ਹੈ ਕਾਂਗਰਸ ਨੇ। ਅਤੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਨੇ ਰਾਜਵਿੰਦਰ ਸਿੰਘ ਅਤੇ ਆਜ਼ਾਦ ਲੜ ਰਹੇ ਨੇ ਸਰਬਜੀਤ ਸਿੰਘ ਖਾਲਸਾ। ਜੇਕਰ ਗੱਲ ਮਾਝੇ ਦੀ ਕਰੀਏ ਤਾਂ ਇੱਥੇ ਗੁਰਦਾਸਪੁਰ ਦੇ ਵਿੱਚ ਜਿਹੜਾ ਅਹਿਮ ਮੁਕਾਬਲਾ ਹੋ ਸਕਦਾ, ਵੈਸੇ ਬੀਜੇਪੀ ਨੂੰ ਇਸੇ ਹਲਕੇ ਤੋਂ ਆਸ ਹੁੰਦੀ ਹੈ, ਪਰ ਹੁਣ ਇੱਥੇ ਜਿਹੜੇ ਉਮੀਦਵਾਰ ਨੇ ਉਹ ਵੀ ਤਕੜੇ ਹਰ ਪਾਰਟੀ ਦੇ ਵੱਲੋਂ ਲਾਏ ਗਏ ਨੇ। ਕਾਂਗਰਸ ਵੱਲੋਂ ਨੇ ਸੁਖਜਿੰਦਰ ਸਿੰਘ ਰੰਧਾਵਾ, ਬੀਜੇਪੀ ਦੇ ਉਮੀਦਵਾਰ ਨੇ ਦਿਨੇਸ਼ ਬੱਬੂ, ਹਾਲਾਂਕਿ ਪਹਿਲਾਂ ਇੱਥੋਂ ਸਨੀ ਦਿਓਲ ਸੀ MP, ਉਹਨਾਂ ਦੇ ਨਾਲ ਨਾਰਾਜ਼ਗੀ ਹੋਈ ਤਾਂ ਬੀਜੇਪੀ ਨੇ ਦਿਨੇਸ਼ ਬੱਬੂ 'ਤੇ ਦਾਅ ਖੇਡਿਆ। ਅਤੇ ਹੁਣ ਕਾਂਗਰਸ ਸਾਬਕਾ ਡਿਪਟੀ CM ਨੂੰ ਇੱਥੇ ਲੈ ਆਈ ਹੈ, ਯਾਨੀ ਕਿ ਸੁਖਜਿੰਦਰ ਸਿੰਘ ਰੰਧਾਵਾ ਕਾਂਗਰਸ ਦੇ ਉਮੀਦਵਾਰ ਨੇ। ਸ਼੍ਰੋਮਣੀ ਅਕਾਲੀ ਦਲ ਨੇ ਵੀ ਸੀਨੀਅਰ ਲੀਡਰ 'ਤੇ ਜਿਹੜਾ ਦਾਅ ਖੇਡਿਆ, ਦਲਜੀਤ ਸਿੰਘ ਚੀਮਾ ਇੱਥੋਂ ਚੋਣ ਲੜ ਰਹੇ ਨੇ ਅਤੇ ਬਸਪਾ ਵੱਲੋਂ ਰਾਜਕੁਮਾਰ ਜਨੋਤਰਾ ਨੇ ਜਿਹੜੇ ਉਹ ਇੱਥੋਂ ਚੋਣ ਲੜ ਰਹੇ ਨੇ। ਅਤੇ ਆਮ ਆਦਮੀ ਪਾਰਟੀ ਨੇ ਆਪਣੇ ਵਿਧਾਇਕ 'ਤੇ ਦਾਅ ਖੇਡਿਆ, ਸ਼ੈਰੀ ਕਲਸੀ ਨੇ ਜੋ ਬਟਾਲਾ ਤੋਂ ਇਹ ਵਿਧਾਇਕ ਨੇ, ਇਹ ਇੱਥੇ ਚੋਣ ਲੜ ਰਹੇ ਨੇ। ਅਤੇ ਜੇਕਰ ਦੁਆਬੇ ਦੀ ਗੱਲ ਕਰੀਏ ਤਾਂ ਜਲੰਧਰ ਇੱਥੇ ਹੌਟ ਸੀਟ ਹੈ ਕਿਉਂਕਿ ਇੱਥੋਂ ਕਾਂਗਰਸ ਨੇ ਸਾਬਕਾ CM ਜਿਹੜੇ ਨੇ ਉਹ ਚੋਣ ਮੈਦਾਨ ਦੇ ਵਿੱਚ ਉਤਾਰੇ ਨੇ। ਚਰਨਜੀਤ ਸਿੰਘ ਚੰਨੀ ਇੱਥੋਂ ਚੋਣ ਲੜ ਰਹੇ ਨੇ, ਹਾਲਾਂਕਿ ਜਿਹੜੇ ਬਾਕੀ 4 ਉਮੀਦਵਾਰ ਨੇ ਉਹ ਕਿਸੇ ਨਾ ਕਿਸੇ ਪਾਰਟੀ ਤੋਂ ਇੱਧਰ ਉੱਧਰ ਹੋਏ ਨੇ, ਯਾਨੀ ਕਿ ਉਹਨਾਂ ਨੇ ਦਲ ਬਦਲ ਕੀਤਾ। ਸਭ ਤੋਂ ਪਹਿਲਾਂ ਨਾਮ ਜੇਕਰ ਗੱਲ ਕਰੀਏ ਤਾਂ ਆਮ ਆਦਮੀ ਪਾਰਟੀ ਤੋਂ ਪਵਨ ਕੁਮਾਰ ਟੀਨੂ ਨੇ, ਇਹ ਅਕਾਲੀ ਦਲ ਤੋਂ ਆਮ ਆਦਮੀ ਪਾਰਟੀ 'ਚ ਸ਼ਾਮਿਲ ਹੋਏ ਅਤੇ ਫਿਰ ਉਹਨਾਂ ਨੂੰ ਟਿਕਟ ਮਿਲ ਗਈ। ਸ਼੍ਰੋਮਣੀ ਅਕਾਲੀ ਦਲ ਮਹਿੰਦਰ ਸਿੰਘ KP 'ਤੇ ਦਾਅ ਖੇਡ ਰਹੀ ਹੈ, ਮਹਿੰਦਰ KP ਕਾਂਗਰਸ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਆਏ ਨੇ। ਅਤੇ ਬੀਜੇਪੀ ਤੋਂ ਨੇ ਸੁਸ਼ੀਲ ਕੁਮਾਰ ਰਿੰਕੂ, ਜੋ ਆਮ ਆਦਮੀ ਪਾਰਟੀ ਤੋਂ ਬੀਜੇਪੀ 'ਚ ਗਏ ਨੇ, ਹਾਲਾਂਕਿ ਇਹ ਪਹਿਲਾਂ ਕਾਂਗਰਸ ਤੋਂ ਆਮ ਆਦਮੀ ਪਾਰਟੀ 'ਚ ਆਏ ਸਨ।